ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ ਯੂਟਿਊਬ ਚੈਨਲ ਹਰੀਕਾ ਜੋਬ ਅਲਰਟ ਉੱਤੇ। ਦੋਸਤੋ, ਅੱਜ ਤੁਹਾਡੇ ਲਈ ਜੋਬ ਨੋਟੀਫਿਕੇਸ਼ਨ ਲੈ ਕੇ ਆਇਆ ਜੀ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ, ਐਜੂਕੇਸ਼ਨ ਡਿਪਾਰਟਮੈਂਟ ਦਾ ਜੀ। ਅਤੇ ਇੰਪੈਨਲਮੈਂਟ ਨੋਟਿਸ ਹੈ ਦੋਸਤੋ, ਪੈਨਲ ਬਣਾਇਆ ਜਾਣਾ ਸਕਿੱਲ ਕੋਰਸਿਸ ਪੜ੍ਹਾਉਣ ਦੇ ਲਈ ਗਵਰਨਮੈਂਟ ਸਕੂਲਸ ਨੇ ਜਿਹੜੇ ਚੰਡੀਗੜ੍ਹ ਦੇ ਅੰਡਰ ਆਉਂਦੇ ਆ। ਅਤੇ 18,600 ਰੁਪਇਆ ਪਰ ਮੰਥ ਸੈਲਰੀ ਦਿੱਤੀ ਜਾਣੀ ਆ ਜੀ। ਗੈਸਟ ਐਜ ਏ ਗੈਸਟ ਫੈਕਲਟੀ ਤੁਸੀਂ ਕੰਮ ਕਰੋਗੇ ਪਾਰਟ ਟਾਈਮ ਬੇਸਿਸ 'ਤੇ। ਅਤੇ ਦੋਸਤੋ, ਮੈਕਸੀਮਮ ਪੀਰੀਅਡ 60 ਆਵਰਸ ਹੋਣੇ ਆ ਤੁਹਾਡੇ। ਇੱਕ ਮਹੀਨੇ ਦੇ ਵਿੱਚ ਤੁਸੀਂ ਸਿਰਫ 60 ਘੰਟੇ ਜਿਹੜਾ ਪੜ੍ਹਾਉਣਾ ਸਰਕਾਰੀ ਸਕੂਲਾਂ ਦੇ ਵਿੱਚ ਐਜ਼ ਏ ਗੈਸਟ ਫੈਕਲਟੀ। ਤਾਂ ਦੋਸਤੋ, ਪੈਨਲ ਬਣਾਇਆ ਜਾਣਾ ਜੀ। ਪੈਨਲ ਕਿਹਨਾਂ ਕਿਹਨਾਂ ਦਾ ਬਣਾਇਆ ਜਾਣਾ ਜੀ? ਸਟੈਨੋਗ੍ਰਾਫੀ, ਇੰਗਲਿਸ਼, IT, ਇਨਫੋਰਮੇਸ਼ਨ ਟੈਕਨੋਲੋਜੀ, ਆਟੋਮੋਬਾਈਲ ਟੈਕਨੋਲੋਜੀ, ਹੈਲਥ ਐਂਡ ਬਿਊਟੀ ਸਟੱਡੀਜ਼, ਯੋਗਾ, ਫੈਸ਼ਨ ਡਿਜ਼ਾਈਨਿੰਗ। ਅਤੇ ਇਹਨਾਂ ਇਹਨਾਂ ਦਾ ਪੈਨਲ ਬਣਾਇਆ ਜਾਣਾ ਦੋਸਤੋ। ਇਹਨਾਂ ਦੀ ਡਾਇਰੈਕਟ ਡਾਕੂਮੈਂਟ ਵੈਰੀਫਿਕੇਸ਼ਨ ਐਂਡ ਸਕਿੱਲ ਟੈਸਟ ਹੋਣਾ ਜੀ, ਅਤੇ 2020-21 ਸੈਸ਼ਨ ਦੇ ਲਈ। ਅਤੇ ਇਹ ਕਦੋਂ ਕਦੋਂ ਕਿਵੇਂ ਕਿਵੇਂ ਕਿੱਥੇ ਕਿੱਥੇ ਹੋਣਾ ਸਾਰੀ ਡਿਟੇਲ ਤੁਹਾਨੂੰ ਦੇਵਾਂਗੇ। ਸਾਡੇ ਨਾਲ ਐਂਡ ਤੱਕ ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਅਤੇ ਦੋਸਤੋ, ਇਹ ਨੋਟ ਕਰ ਲਓ ਜੀ, ਸਟੈਨੋਗ੍ਰਾਫੀ ਦੀ ਪਹਿਲਾਂ ਗੱਲ ਕਰੀਏ ਤਾਂ ਇਹਨਾਂ ਦਾ ਹੋਣਾ ਜੀ 8/1/2020 ਸਵੇਰੇ 10 ਵਜੇ, ਗੌਰਮੈਂਟ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ BV20B, ਚੰਡੀਗੜ੍ਹ। IT ਦਾ ਹੋਣਾ ਜੀ 8/1/2020, 12 ਵਜੇ ਦੁਪਹਿਰ ਨੂੰ, ਗੌਰਮੈਂਟ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 20B, ਚੰਡੀਗੜ੍ਹ ਦੇ ਵਿੱਚ। ਇੱਕੋ ਸਕੂਲ ਹੈ ਜੀ, ਗੌਰਮੈਂਟ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 20B, ਚੰਡੀਗੜ੍ਹ ਦੇ ਵਿੱਚ ਸਕੂਲ ਹੈ ਜੀ। ਦੋਸਤੋ, ਨੋਟ ਕਰ ਲਓ, ਇੱਕੋ ਸਕੂਲ ਦੇ ਵਿੱਚ ਸਾਰੇ ਜਿਹੜੇ ਇੰਪੈਨਲਮੈਂਟ ਦੇ ਹੈਗੇ ਆ ਤੁਹਾਡੇ, ਜੋ ਵੀ ਡੈਜ਼ਿਗਨੇਸ਼ਨਸ ਆ, ਇਹਨਾਂ ਸਭ ਦਾ ਜੋ ਵੀ ਸਕਿੱਲ ਟੈਸਟ ਹੋਣਾ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਹੋਣਾ, ਉਸ ਗੌਰਮੈਂਟ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 20B, ਚੰਡੀਗੜ੍ਹ ਦੇ ਵਿੱਚ ਹੋਣਾ। ਅਤੇ ਅੱਗੇ ਦੋਸਤੋ, ਆਟੋਮੋਬਾਈਲ ਟੈਕਨੋਲੋਜੀ ਦਾ 9/1/2020 ਸਵੇਰੇ 10 ਵਜੇ ਹੋਣਾ ਜੀ। ਹੈਲਥ ਐਂਡ ਬਿਊਟੀ ਬੈਲੈਂਸ ਯੋਗਾ ਦਾ ਹੋਣਾ ਜੀ 10/1/2020 ਨੂੰ ਸਵੇਰੇ 10 ਵਜੇ ਜੀ। ਫੈਸ਼ਨ ਡਿਜ਼ਾਇਨਿੰਗ ਦਾ ਹੋਣਾ ਦੋਸਤੋ 10/1/2020 ਦੁਪਹਿਰ 12 ਵਜੇ ਜੀ। ਅਤੇ ਨੋਟ ਕਰ ਲਿਆ ਹੋਣਾ ਤੁਸੀਂ ਦੋਸਤੋ। ਅਤੇ ਦੋਸਤੋ, ਜੋ ਵੀ ਹੈ ਇਹਦਾ ਤੁਸੀਂ ਓਰਿਜਿਨਲ ਡਾਕੂਮੈਂਟਸ ਵਗੈਰਾ, ਅਟੈਸਟਡ ਫੋਟੋ ਕਾਪੀਜ਼ ਨੇ ਜਿਹੜੀਆਂ ਆਪਣੇ ਡਾਕੂਮੈਂਟਸ ਦੀਆਂ ਲੈ ਕੇ ਜਾਣੀਆਂ ਨੇ। ਅਤੇ ਜੇਕਰ ਤੁਸੀਂ ਕਿਤੇ ਪਹਿਲਾਂ ਕੰਮ ਕਰ ਰਹੇ ਹੋ ਤਾਂ NOC ਆਪਣੇ ਇੰਪਲੋਇਰ ਤੋਂ ਉਹ ਵੀ ਲੈ ਕੇ ਜਾਣੀ ਆ। ਜੇਕਰ ਤੁਸੀਂ ਫਰੈਸ਼ਰ ਹੋ ਤਾਂ ਵੀ ਤੁਸੀਂ ਜਾ ਸਕਦੇ ਹੋ। ਅਤੇ ਦੋਸਤੋ, ਇਹਦੇ ਲਈ ਤੁਹਾਡੇ ਕੋਲ ਸਕਿੱਲ ਸਰਟੀਫਿਕੇਟ ਹੋਣੇ ਚਾਹੀਦੇ ਨੇ ਇਹਨਾਂ ਟ੍ਰੇਡਸ ਦੇ ਲਈ। ਅਤੇ ਬਾਕੀ ਜਿਹੜੇ ਵੋਕੇਸ਼ਨਲ ਦੇ ਲਈ ਅਪਲਾਈ ਕਰਦੇ ਰਹਿੰਦੇ ਉਹਨਾਂ ਨੂੰ ਪਤਾ ਹੋਣਾ ਆ ਇਸ ਚੀਜ਼ ਦਾ। ਅਤੇ ਬਾਕੀ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ, ਹੋਰ ਵੀ ਜਾਣਕਾਰੀਆਂ ਲੈ ਕੇ ਆਉਂਦੇ ਰਹਾਂਗੇ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ ਜੀ।